ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਆਦਰ ਔਰ ਸਤਿਕਾਰ ਤੁਹਾਡਾ ਸਾਰਿਆਂ ਦਾ ਪਿਛਲੇ ਦੋ ਤਿੰਨ ਦਿਨਾਂ ਦੀ ਸਾਰੀ ਕਹਾਣੀ ਤੁਹਾਨੂੰ ਪਤਾ ਹੀ ਹੈ ਕਿ ਕੀ ਕੁਛ ਵਾਪਰਿਆ ਤੁਸੀਂ ਸਾਰੇ ਸਮਝਦਾਰ ਹੋ ਬਹੁਤ ਕੁਛ ਸਾਡੇ ਪੱਖ 'ਚ ਹੈ ਅਤੇ ਇਹਨਾਂ ਦਿਨਾਂ ਦੀ ਕਹਾਣੀ 'ਚੋਂ ਬਹੁਤ ਕੁਛ ਉਹ ਵੀ ਹੈ ਜਿਹੜਾ ਸਾਡੇ ਪੱਖ 'ਚ ਨਹੀਂ ਵੀ ਹੈ ਸਰਕਾਰਾਂ ਦਾ ਰਵੱਈਆ ਸਾਨੂੰ ਸਭ ਨੂੰ ਪਤਾ ਹੈ ਪਿਛਲੇ ਦੋ ਤਿੰਨ ਦਿਨਾਂ ਤੋਂ ਚੇਂਜ ਹੋਇਆ ਸੁਭਾਵਿਕ ਹੈ ਸਰਕਾਰਾਂ ਭਾਲਦੀਆਂ ਕਿ ਕੋਈ ਨਾ ਕੋਈ ਮੋਹਰੀ ਅਸੀਂ ਮਿਲੇ ਕਿਉਂਕਿ ਪੀਸਫੁਲ ਪ੍ਰੋਟੈਸਟ ਹੈ ਨਾ ਇਸ ਕਰਕੇ ਪਿਛਲੇ ਦੋ ਮਹੀਨਿਆਂ ਤੋਂ ਜਦੋਂ ਅਸੀਂ ਇੱਥੇ ਆ ਕੇ ਬੈਠੇ ਹਾਂ ਇੰਨੀ ਸਿਆਣਪ ਨਾਲ ਅਸੀਂ ਇਹ ਖੇਡ ਨੂੰ ਖੇਡ ਰਹੇ ਹਾਂ ਸਾਰੇ ਰਲ ਮਿਲ ਕੇ ਇੱਕ ਪਰਿਵਾਰ ਦੀ ਤਰ੍ਹਾਂ ਕਿ ਸਰਕਾਰ ਨੂੰ ਕੋਈ ਚਾਂਸ ਹੀ ਨਹੀਂ ਹੈ ਸੋ ਚਲੋ ਅਗਲਾ ਪੜਾਅ ਆਇਆ ਮੈਂ ਇਹਨੂੰ ਇਹੀ ਕਹੂੰਗਾ ਕਿ ਮੋਰਚੇ ਦਾ ਜਿਹੜਾ ਪਹਿਲਾ ਪੜਾਅ ਸੀ ਉਹ ਆਪਾਂ ਜਿੱਤ ਗਏ ਹੁਣ ਅਗਲਾ ਪੜਾਅ ਆ ਗਿਆ ਕਿਉਂਕਿ ਬਹੁਤ ਸਾਰੇ ਭੈਣ ਭਰਾ ਸਾਡੇ ਭਾਵੇਂ ਉਹ ਬਾਹਰਲੇ ਮੁਲਕਾਂ 'ਚ ਸਾਡੇ ਪਰਿਵਾਰ ਬੈਠੇ ਆ ਭਾਵੇਂ ਇੱਥੇ ਸਾਡੇ ਮੁਲਕ ਦੀ ਕਿਸੇ ਵੀ ਸਟੇਟ 'ਚ ਬੈਠੇ ਆ ਅੱਜ ਦੇ ਦਿਨਾਂ ਨੂੰ ਲੈ ਕੇ ਥੋੜੇ ਚਿੰਤਾ 'ਚ ਜ਼ਰੂਰ ਹੈ ਚਿੰਤਨ ਜ਼ਰੂਰ ਕਰੋ ਇਹਨਾਂ ਗੱਲਾਂ ਨੂੰ ਲੈ ਕੇ ਪਰ ਨਾਲ ਨਾਲ ਇੰਨੀ ਗੱਲ ਯਾਦ ਰੱਖੋ ਕਿ ਜਦੋਂ ਕੋਈ ਵੀ ਲੜਾਈ ਲੜਦੀ ਹੈ ਤਾਂ ਲੱਗਦੀ ਹੈ ਜਦੋਂ ਲੜਾਈ ਕੋਈ ਤਾਂ ਫਿਰ ਪਹਿਲੇ ਦੋ ਮਹੀਨੇ ਸ਼ਾਂਤੀ 'ਚ ਨਿਕਲੇ ਆ ਤਾਂ ਹੁਣ ਆਹ ਗੱਲਾਂ ਸੁਭਾਵਿਕ ਹੈ ਅੰਦੋਲਨ ਦਾ ਹਿੱਸਾ ਹੈ ਹੁਣ ਸਰਕਾਰਾਂ ਆਪਦੀਆਂ ਏਜੰਸੀਆਂ ਦੇ ਬੰਦੇ ਵੀ ਭੇਜਣਗੀਆਂ ਉੱਥੇ ਜਿਹੜੇ ਲੋਕਲ ਲੋਕ ਆ ਜਿਵੇਂ ਹੁਣ ਆ ਦੋ ਤਿੰਨ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਇੱਥੇ ਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠਾਉਣ ਕੌਣ ਆ ਰਹੇ ਹੈ ਆ ਤਾਂ ਉਹ ਸਾਰੇ ਏਜੰਸੀਆਂ ਦੇ ਬੰਦੇ ਆ ਰਹੇ ਆ ਪਰ ਉਹ ਸ਼ੋਅ ਕੌਣ ਕਰ ਰਹੇ ਆ ਕਿ ਕੌਣ ਹੈ ਇਹ ਇਹ ਜੀ ਆ ਆਸੇ ਪਾਸੇ ਦੇ ਲੋਕਲ ਜਿਹੜੇ ਘਰਾਂ ਦੇ ਜਿਹੜੇ ਲੋਕ ਹੈ ਉਹ ਜਿਹੜੀ ਤੰਗ ਨੇ ਸਾਥੋਂ ਪਿਛਲੇ ਦੋ ਮਹੀਨਿਆਂ ਤੋਂ ਤੰਗ ਨਹੀਂ ਹੈਗੇ ਉਹ ਵੀਡੀਓ ਇਹਨਾਂ ਨੂੰ ਦਿਖਾਓ ਜਿਨ੍ਹਾਂ 'ਚ ਆਪਾਂ ਆਮ ਦਿਖਾਇਆ ਆਮ ਬੋਲਿਆ ਕਿ ਭਾਈ ਆਸੇ ਪਾਸੇ ਦੇ ਪਤਾ ਨਹੀਂ ਕਿੰਨੇ ਹੀ ਘਰ ਨੇ ਹਨਾ ਜਾਣੀ ਹਜ਼ਾਰਾਂ ਲੱਖਾਂ ਲੋਕ ਆ ਜਿਹੜੇ ਦਿੱਲੀ ਦੇ ਆ ਕੇ ਰੋਜ਼ ਇੱਥੇ ਪ੍ਰਸ਼ਾਦਾ ਛੱਕ ਕੇ ਜਾਂਦੇ ਆ ਸੋ ਇਸ ਕਰਕੇ ਦੋ ਦਿਨਾਂ 'ਚ ਤੰਗ ਹੋਣ ਵਾਲੀਆਂ ਗੱਲਾਂ ਜਿਹੜੀਆਂ ਬੁਨਿਆਦ ਗੱਲਾਂ ਨੇ ਇਹਨਾਂ 'ਤੇ ਯਕੀਨ ਨਾ ਕਰਿਓ ਬਾਕੀ ਜਿੱਥੋਂ ਤੱਕ ਅਸੀਂ ਮੀਡੀਆ ਥਰੂ ਬਹੁਤ ਕੁਛ ਦੇਖੀ ਜਾਂਦੇ ਹਾਂ ਕਿ ਹਿੰਸਾ ਦਾ ਇੱਕ ਹੋਰ ਲੈਵਲ ਦਿਖਾਇਆ ਜਾ ਰਿਹਾ ਕਿ ਪਤਾ ਨਹੀਂ ਕੀ ਹੈ ਜਾਂ ਕੀ ਹੋ ਗਿਆ ਉੱਥੇ ਦੰਗੇ ਹੋ ਗਏ ਇੱਦਾਂ ਦਾ ਹਜੇ ਕੁਛ ਨਹੀਂ ਹੋਇਆ ਇਸ ਗੱਲੋਂ ਵੀ ਨਹੀਂ ਆਪਾਂ ਮੁੱਕਰਦੇ ਕਿ ਬਿਲਕੁਲ ਸ਼ਾਂਤੀ ਹੈ ਠੀਕ ਹੈ ਹੱਲਾ ਗੁੱਲਾ ਗੜਬੜ ਹੈਗੀ ਹੈ ਪਰ ਉਹ ਗੜਬੜ ਇੰਨੀ ਕੁ ਹੈ ਕਿ ਇੱਕ ਤਾਂ ਮੋਰਚੇ ਦੇ ਹਾਣ ਦੀ ਆ ਉਹ ਇਹਨਾਂ ਦਿਨਾਂ 'ਚ ਉਹ ਹੋਣੀ ਹੋਈ ਸੀ ਅਤੇ ਬਾਕੀ ਹੈ ਕਿ ਕੰਟਰੋਲ ਵਾਲੀ ਆ ਉਹ ਸਾਡੇ ਲੋਕ ਸਿਆਣੇ ਹੈ ਇਸ ਗੱਲ ਤੋਂ ਅਸੀਂ ਇੱਕ ਗੱਲ ਜ਼ਰੂਰ ਸਿੱਖਾਂਗੇ ਸਾਰੇ ਜੋ ਮੋਰਚੇ 'ਚ ਲੋਕ ਬੈਠੇ ਆ ਸਾਡੇ ਭਰਾ ਬੈਠੇ ਆ ਸਾਡੀਆਂ ਮਾਵਾਂ ਬੈਠੀਆਂ ਹੈ ਸਾਡੇ ਬਜ਼ੁਰਗ ਬੈਠੇ ਆ ਅਸੀਂ ਹੋਰ ਗੰਭੀਰ ਹੋਵਾਂਗੇ ਅਸੀਂ ਹੋਰ ਸਿਆਣੇ ਹੋਵਾਂਗੇ ਅਸੀਂ ਜਿਹੜੀਆਂ ਸਰਕਾਰ ਦੀਆਂ ਚਾਲਾਂ ਹੈ ਉਹਨਾਂ ਤੋਂ ਜਾਣੂ ਹੋਵਾਂਗੇ ਆਉਣ ਵਾਲੇ ਸਮੇਂ ਦੇ ਕੀ ਸਮੀਕਰਨ ਨੇ ਉਹ ਸਾਨੂੰ ਹੁਣ ਪਤਾ ਲੱਗਣੇ ਸ਼ੁਰੂ ਹੋਣਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਹ ਕੁਛ ਹੋਣ ਵਾਲਾ ਕਹਿਣ ਦਾ ਮਤਲਬ ਅਸੀਂ ਸਿਆਣੇ ਹੋਵਾਂਗੇ ਸੋ ਚੜ੍ਹਦੀ ਕਲਾ 'ਚ ਰਹਿਣਾ ਨਿਡਰਤਾ ਨਾਲ ਰਹਿਣਾ ਡਰਨ ਦੀ ਕੋਈ ਲੋੜ ਨਹੀਂ ਹੈ ਅਤੇ ਬਾਕੀ ਆਹ ਭੁਲੇਖਿਆ ਤੋਂ ਜ਼ਰੂਰ ਦੂਰ ਰਹੋ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਿਨਾਂ ਦੀ ਕਹਾਣੀ ਹੈ ਜਿਹੜੀ ਅਸੀਂ ਵੀ ਆਪਣੀ ਜ਼ੁਬਾਨ ਨੂੰ ਦੱਸਦੇ ਰਹੀਏ ਅਤੇ ਬਾਕੀ ਤੁਸੀਂ ਵੀ ਅਲਰਟ ਰਹੋ ਜਿਹੜੀਆਂ ਅਫਵਾਹਾਂ ਨੇ ਇਹਨਾਂ ਤੋਂ ਜ਼ਰੂਰ ਬਚੋ ਕਿਉਂਕਿ ਤੁਹਾਡੀਆਂ ਦੁਆਵਾਂ ਨੇ ਜਿੱਦਾਂ ਦਾ ਔਰਾ ਤੁਸੀਂ ਘਰਾਂ 'ਚ ਵੀ ਬੈਠ ਕੇ ਆਪਣਾ ਬਣਾ ਕੇ ਰੱਖਿਆ ਹੋਇਆ ਨੋ ਡਾਊਟ ਜਦੋਂ ਅਫਵਾਹਾਂ 'ਚ ਆਉਂਦੇ ਹੋ ਸਾਡੇ ਮਨ ਦੇ ਅੰਦਰ ਡਰ ਆਉਂਦਾ ਤਾਂ ਫਿਰ ਕਿਤੇ ਨਾ ਕਿਤੇ ਅਰਦਾਸ 'ਚ ਵੀ ਜਿਹੜੀ ਇੱਕ ਬਰਕਤ ਹੁੰਦੀ ਹੈ ਉਹਦੇ 'ਚ ਕਮੀ ਰਹਿ ਜਾਂਦੀ ਹੈ ਸੋ ਇਸ ਕਰਕੇ ਗੁਰੂ ਦੇ ਸਿੰਘ ਬਣ ਕੇ ਸਿਆਣੇ ਬਣ ਕੇ ਜਾ ਕੇ ਚੜ੍ਹਦੀ ਕਲਾ ਨਾਲ ਜਿਹੜੀਆਂ ਅਰਦਾਸਾਂ ਕਰਨੀਆਂ ਦੁਆਵਾਂ ਕਰਨੀਆਂ ਉਹਨਾਂ ਦਾ ਹੀ ਫਲ ਮਿਲਣਾ ਸਾਨੂੰ ਅਤੇ ਬਾਕੀ ਅਸੀਂ ਦੇਖ ਰਹੇ ਹਾਂ ਕਿ ਹਰਿਆਣਾ ਕੱਲ੍ਹ ਸ਼ਾਮ ਦਾ ਜਦੋਂ ਦਾ ਟਕੈਤ ਸਾਹਿਬ ਦਾ ਉੱਧਰੋਂ ਉਹ ਇੱਕ ਇੰਟਰਵਿਊ ਜਿਹੜਾ ਬਹੁਤ ਵਾਇਰਲ ਹੋਇਆ ਉਹ ਤੋਂ ਬਾਅਦ ਗਾਜ਼ੀਪੁਰ ਦੇ ਵਿੱਚ ਜੋ ਭਾਣਾ ਵਾਪਰਿਆ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤਾਂ ਮੈਨੂੰ ਲੱਗਦਾ ਕਿ ਸਿੰਘੂ ਅਤੇ ਟਿੱਕਰੀ ਦੇ ਕੰਪੈਰੇਟਿਵਲੀ ਉਹੀ ਇਕੱਠ ਹੁਣ ਗਾਜ਼ੀਪੁਰ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਜੋ ਸਾਡੇ ਲਈ ਬਹੁਤ ਚੜ੍ਹਦੀ ਕਲਾ ਦੀ ਗੱਲ ਹੈ ਇਸੇ ਤਰ੍ਹਾਂ ਹਰਿਆਣਾ ਜਿਵੇਂ ਜਾ ਗਿਆ ਹਰਿਆਣਾ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਰਡਰਾਂ ਵੱਲ ਨੂੰ ਤੁਰ ਪਿਆ ਸੋ ਇਸ ਕਰਕੇ ਪੰਜਾਬ ਵਾਲੇ ਭਰਾਵਾਂ ਨੂੰ ਸਾਡੇ ਕਿਸਾਨ ਭਰਾਵਾਂ ਨੂੰ ਮਿੱਟੀ ਦੇ ਪੁੱਤਰਾਂ ਨੂੰ ਸਾਡੀ ਬੇਨਤੀ ਹੈ ਕਿ ਮਿੱਤਰੋ ਹਾਥੀ ਲੰਘਿਆ ਪੂਛ ਰਹਿ ਗਈ ਅਤੇ ਜਿਹੜੇ ਪੜਾਅ ਦੇ ਵਿੱਚ ਹੁਣ ਆਪਾਂ ਦਾਖਲ ਹੋ ਚੁੱਕੇ ਹਾਂ ਇਸ ਮੋਰਚੇ ਦੇ ਇੱਥੇ ਹੁਣ ਸਾਡੀ ਹਾਜ਼ਰੀ ਹੋਰ ਭਰਪੂਰ ਹਾਜ਼ਰੀ ਚਾਹੀਦੀ ਹੈ ਸਾਡੀ ਸੋ ਤੁਹਾਡਾ ਵੀਰ ਹੈ ਮੈਂ ਤੁਹਾਡਾ ਭਰਾ ਹੈ ਮਾਣ ਨਾਲ ਤੁਹਾਨੂੰ ਇਹ ਗੱਲ ਹੱਕ ਨਾਲ ਤੁਹਾਨੂੰ ਇਹ ਗੱਲ ਕਹਿਣ ਲੱਗਿਆ ਕਿ ਹੁਣ ਆ ਜਾਓ ਹੁਣ ਇਹ ਨਾ ਵੇਟ ਕਰਿਓ ਕਿ ਜਥੇਬੰਦੀਆਂ ਅਨਾਊਂਸ ਕਰਨਗੀਆਂ ਕਿ ਭਾਈ ਇਸ ਦਿਨ ਤੁਰਾਂਗੇ ਜਾਂ ਇਸ ਦਿਨ ਤੁਰਾਂਗੇ ਕਾਫਲਾ ਬਣਾ ਕੇ ਤੁਰਾਂਗੇ ਹੁਣ ਜਿਹਣੀ ਵੀ ਲੱਗਦਾ ਨਾ ਜਿਹਦੀ ਵੀ ਜ਼ਮੀਰ ਹੁਣ ਅੰਦਰੋਂ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਭਾਈ ਹੁਣ ਮਿੱਟੀ ਦਾ ਮਸਲਾ ਹੈ ਔਰ ਇਹ ਲੜਾਈ ਹੁਣ ਉਸ ਪੜਾਅ 'ਚ ਆ ਗਈ ਹੈ ਹਾਰ ਕੇ ਨਹੀਂ ਜਾਣਾ ਯਾਰ ਹਾਰ ਕੇ ਨਹੀਂ ਜਾਣਾ ਹੁਣ ਮੈਂ ਅੱਜ ਉਹ ਕਿਤਾਬ ਜੀ ਪੜ੍ਹਾਈ ਇੱਕ ਮਿੰਟ ਉਹ ਕਿੱਥੇ ਸੀ ਮੈਂ ਅੱਜ ਬੈਠਾ ਨਾ ਜਾਣੀ ਵੈਸੇ ਹੁਣ ਕੋਈ ਇਹ ਗਾਣੇ
ਲਿਖਣ ਦੀਆਂ ਗੱਲਾਂ ਨਹੀਂ ਹੁੰਦੀਆਂ, ਇਹ ਤਾਂ ਅੰਦਰੋਂ ਹੀ ਆਉਂਦੇ ਆ। ਅੱਜ ਮੈਂ ਕੱਲ ਕੱਲ ਦਾ ਦਿਨ ਮੈਂ ਪੰਜਾਬ ਆਇਆ ਹੋਇਆ ਸੀ ਤੇ ਮੇਰਾ ਕੋਈ ਬਹੁਤ ਜ਼ਰੂਰੀ ਕੰਮ ਸੀ, ਇੱਥੇ ਕੁਛ ਬੰਦਿਆਂ ਨੂੰ ਮਿਲਣਾ ਸੀ ਤਾਂ ਉਹਦੇ ਕਰਕੇ ਅੱਜ ਫਿਰ ਹੁਣ ਦਿੱਲੀ ਨੂੰ ਚੱਲੇ ਆ। ਤਾਂ ਮੈਂ ਨਾ ਫੜਾਈ ਯਾਰ ਇੱਕ ਮਿੰਟ, ਇੱਕ ਭਾਵਨਾ ਹੈ, ਆਹ ਮਿੱਟੀ ਹੈ ਆਪਣੇ ਖੇਤਾਂ ਦੀ ਮਿੱਟੀ ਹੈ, ਅੱਜ ਮੈਂ ਲੈ ਕੇ ਚੱਲੇ ਬਾਰਡਰ ਤੇ। ਤਾਂ ਇੱਕ ਭਾਵਨਾ ਮੇਰੀ, ਤਾਂ ਮੇਰੇ ਖਿਆਲ ਚ ਇਸ ਮਿੱਟੀ ਨੂੰ ਜਦੋਂ ਉੱਥੇ ਸਾਡੇ ਜਿਹੜੇ ਪਿਓ ਦਾਦੇ ਬੈਠੇ ਆ, ਸਾਡੇ ਨੌਜਵਾਨ ਭੈਣ ਭਰਾ ਬੈਠੇ ਆ, ਜਦੋਂ ਇਸ ਮਿੱਟੀ ਨੂੰ ਵਿਜੁਅਲੀ ਦੇਖਣਗੇ ਨਾ ਕਿ ਕਮਰ ਮਿੱਟੀ ਲੈ ਕੇ ਆਇਆ, ਤਾਂ ਇਹ ਮਿੱਟੀ ਮੇਰੇ ਇਕੱਲੇ ਦੀ ਨਹੀਂ ਹੈ, ਇਹ ਜਿੱਥੇ ਜਿੱਥੇ ਵੀ ਮਿੱਟੀ ਦੇ ਪੁੱਤ ਬੈਠੇ ਆ, ਕਿਸਾਨ ਬੈਠਾ ਦੁਨੀਆਂ ਭਰ ਦੇ ਵਿੱਚ, ਇਹ ਉਹਨਾਂ ਦੀ ਮਿੱਟੀ ਹੈ। ਇਸ ਕਰਕੇ ਇਸ ਮਿੱਟੀ ਦੀ ਸੌ ਹੈ। ਅੱਜ ਮੈਂ ਬੈਠਾ ਹੀ ਕੁਛ ਲਿਖੀ ਜਾਂਦਾ ਸੀ ਕਿ ਘਰੋਂ ਚੱਲੇ ਸੀ ਤਾਂ 6 ਮਹੀਨਿਆਂ ਦਾ ਕਹਿ ਕੇ ਆਏ ਸੀ, ਰੋਟੀ ਟੁੱਕ ਲਈ ਰਾਸ਼ਨ ਪਾਣੀ ਲੈ ਕੇ ਆਏ ਸੀ, ਹੁਣ ਗੱਲ ਪਿੱਛੇ ਮੁੜਨ ਦੀ ਭੁੱਲ ਜਾ, ਬਣ ਜਾ ਖੂਨ ਸ਼ਹੀਦੀ ਤੇ ਡੁੱਲ ਜਾ, ਜੇ ਕਿਤੇ ਕੇਰਾ ਕਾਫਲਾ ਖਿੰਡ ਗਿਆ ਇਹਨੇ ਫਿਰ ਜੁੜਨਾ ਨੀ, ਮੈਂ ਮਿੱਟੀ ਲੈ ਕੇ ਆਇਆ ਬਾਪੂ ਤੇਰੇ ਖੇਤਾਂ ਦੀ, ਇਹਨੂੰ ਵੇਖ ਕੇ ਕਸਮਾਂ ਖਾ ਲਾ ਰੱਬ ਨੂੰ ਧਿਆਲਾ, ਜਿੱਤੇ ਬਿਨਾ ਮੁੜਨਾ, ਮੈਂ ਮਿੱਟੀ ਲੈ ਕੇ ਆਇਆ ਬਾਪੂ ਤੇਰੇ ਖੇਤਾਂ ਦੀ, ਇਹਨੂੰ ਵੇਖ ਕੇ ਕਸਮਾਂ ਖਾ ਲਾ ਤੇ ਰੱਬ ਨੂੰ ਧਿਆਲਾ, ਜਿੱਤੇ ਬਿਨਾ ਮੁੜਨਾ। ਸੋ ਮਿੱਤਰੋ ਹੁਣ ਇਹ ਆਰ ਪਾਰ ਦੀ ਲੜਾਈ ਹੈ, ਜਿੱਤੇ ਬਿਨਾ ਹੁਣ ਮੁੜਨਾ ਨੀ। ਸੋ ਕਮਰ ਕਸੇ ਕਸ ਲੋ ਆਪਦੇ, ਜਿੱਥੇ ਜਿੱਥੇ ਵੀ ਪਿੰਡਾਂ ਚ ਤੁਹਾਡੇ ਭਰਾ ਦੀ ਆਵਾਜ਼ ਹੁਣ ਪਹੁੰਚ ਗਈ ਹੈ ਇਸ ਵੀਡੀਓ ਥਰੂ, ਤਾਂ ਇਹ ਨਹੀਂ ਹੈ ਕਿ ਕੋਈ ਮੇਰੇ ਕਹਿਣ ਨਾਲ ਹੀ ਫਰਕ ਪੈਣਾ, ਮੈਨੂੰ ਪਤਾ ਤੁਸੀਂ ਸਾਰੇ ਪਹਿਲਾਂ ਹੀ ਜਜ਼ਬਾਤੀ ਹੋ, ਪਹਿਲਾਂ ਹੀ ਇੱਕ ਦ੍ਰਿੜ ਇਰਾਦੇ ਦੇ ਨਾਲ ਬੈਠੇ ਹੋ ਕਿ ਲੜਾਈ ਲੜਨੀ ਹੈ। ਸੋ ਮਾਣ ਰੱਖਣਾ ਹੁਣ ਆਪਾਂ ਯਾਰ, ਆਪਣੀ ਮਿੱਟੀ ਦਾ ਮਾਣ ਰੱਖਣਾ, ਆਪਣੀਆਂ ਫਸਲਾਂ ਦੀ ਰਾਖੀ ਆਪ ਕਰਨੀ ਹੈ, ਉਹ ਗੱਲ ਆਪਾਂ ਝੂਠੀ ਨਹੀਂ ਪੈਣ ਦੇਣੀ ਕਿ ਤੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂਗਾ, ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਅਸੀਂ ਆਪ ਹੀ ਕਰਾਂਗੇ ਫਸਲਾਂ ਦੇ ਫੈਸਲੇ, ਸਾਡੀਆਂ ਫਸਲਾਂ ਦੇ ਫੈਸਲੇ ਕੋਈ ਹੋਰ ਨਹੀਂ ਕਰੂਗਾ। ਸੋ ਸਮੇਂ ਦੀ ਨਜ਼ਾਕਤ ਨੂੰ ਸਮਝੋ, ਇਸ ਵੇਲੇ ਜੋ ਸਮਾਂ ਮੰਗਦਾ, ਸਾਡੀ ਹਾਜ਼ਰੀ ਮੰਗਦਾ, ਚੱਕ ਲਓ ਆਪਦੇ ਟਰੈਕਟਰ, ਮਾਰ ਲਓ ਕੱਪੜੇ, ਕਰ ਲਓ ਇਹਨਾਂ ਦਾ ਤੇਲ ਪਾਣੀ ਚੈੱਕ, ਬਦਲ ਲਓ ਮਗਲਾਇਰ ਬਦਲਣਾ ਤਾਂ, ਟਰਾਲੀਆਂ ਜੋੜ ਲਓ, ਇੱਕ ਦੀ ਬਜਾਏ ਦੋ ਜੋੜ ਲਓ, ਤੇ ਜਿੰਨੇ ਵੀ ਪਿੰਡਾਂ ਚੋਂ ਆ ਸਕਦੇ ਹੋ ਆ ਜਾਓ ਮਿੱਤਰੋ, ਆਉਣ ਵਾਲੇ ਆ 2-3-4 ਦਿਨਾਂ ਦੇ ਵਿੱਚ, ਯਾਨੀ ਇਕੱਠ ਇੱਕ ਉਸ ਲੈਵਲ ਤੇ ਦਿਖਾਉਣਾ ਕਿ ਸਰਕਾਰਾਂ ਨੂੰ ਇਸ ਗੱਲ ਦੀ ਭਿਣਕ ਪੈ ਜੇ, ਯਾਨੀ ਭਲੀ ਭਾਤੀ ਪਤਾ ਲੱਗ ਜੇ ਕਿ ਇਹ ਦਬਣ ਵਾਲੇ ਹੈ ਨੀ, ਇਹ ਸਾਨੂੰ ਰੱਦ ਕਰਨੇ ਪੈਣੇ। ਸੋ ਚੜ੍ਹਦੀ ਕਲਾ ਹੋਵੇ, ਮਹਾਰਾਜ ਚੜ੍ਹਦੀ ਕਲਾ ਚ ਰੱਖੇ, ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ੇ, ਸਾਡੀਆਂ ਨੇਕ ਨੀਤਾਂ ਨੂੰ ਭਾਗ ਲੱਗਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।